ਜਮੀ ਸਰਾ ਪੈ ਗੁਰੀ ਹਾਲ ਤੱਕ ਕਰਨੀ ਹੈ ਕਿੰਨਾ ਟਾਈਮ ਹੋ ਗਿਆ ਆਜਾ ਆਜਾ ਮੈਂ ਤੈਨੂੰ ਡੀਕੀ ਜਾਂਦਾਗਾ ਬੜਾ ਟਾਈਮ ਲਾਤਾ ਤੈਂ ਉਹ ਬਾਪੂ ਯਾਰ ਪਹਿਲਾਂ ਤਾਂ ਮੈਂ ਕੰਮ ਗਿਆ ਸੀ ਫਿਰ ਆਉਂਦੇ ਆਉਂਦੇ ਟਾਈਮ ਲੱਗ ਗਿਆ ਮੈਨੂੰ ਆ ਹੁਣ ਤੂੰ ਸਿੱਧਾ ਘਰ ਹੀ ਆਇਆ ਹੈ ਚੱਲ ਕੋਈ ਗੱਲ ਨਹੀਂ ਰੋਟੀ ਪੀਆ ਰੋਟੀ ਖਾ ਲੈ ਉਹ ਨਹੀਂ ਬਾਪੂ ਮੈਨੂੰ ਭੁੱਖ ਨਹੀਂ ਹੈਗੀ ਮੈਂ ਇੰਨੇ ਕਮਰੇ 'ਚ ਜਾਂਦਾ ਮੈਂ ਖਾ ਪੀ ਕੇ ਆਇਆ ਅੱਗੇ ਤਾਂ ਮੁੰਡਾ ਅਨੁਸਾਰ ਰੋਟੀ ਮੰਗਦਾ ਸੀਗਾ ਹੁਣ ਪਤਾ ਨਹੀਂ ਦੋ ਚਾਰ ਦਿਨ ਕੋਈ ਖੰਨਾ ਖਾਂਦਾ ਨਾ ਪੀਂਦਾ ਉਦਾਸ ਆ ਪਤਾ ਨਹੀਂ ਕੀ ਗੱਲ ਹੈ ਜ਼ਰੂਰ ਕੋਈ ਗੱਲ ਹੋਊਗੀ ਪਤਾ ਕਰਨਾ ਪੈਣਾ ਡਾਕਟਰ ਸਾਹਿਬ ਹੁਣ ਬੇਟੀ ਕਿਵੇਂ ਹੈ ਬੇਟੀ ਤੁਹਾਡੀ ਜਮੀ ਲੋਟ ਹੈ ਜੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ